भुआ विधायक जोगिंदर पाल द्वारा टुडे हेडलाइन संवाददाता लकी सरोज के साथ मारपीट व जान से मारने की धमकी देने के मामले में सुजानपुर पुलिस द्वारा अभी तक कोई कार्रवाई नहीं की गई है। हालांकि राजनीतिक पहुंच के आगे थाना प्रभारी के घुटने टेकने का अंदेशा सबको पहले से ही था, लेकिन कानून में भरोसा रखते हुए समूह पत्रकार भाईचारे ने इंतजार किया, लेकिन कोई परिणाम ना निकलता देख एसएसपी विवेकशील सोनी से मुलाकात कर रोष जाहिर करते हुए मामले पर कड़ा संज्ञान लेने की मांग की। एसएसपी सोनी ने कहा कि मामले को स्टडी करने के बाद ही किसी नतीजे पर पहुंचेंगे। गौरतलब है कि पत्रकार का मोबाइल अभी तक लौटाया नहीं गया है और प्रत्यक्ष को प्रमाण की जरूरत नहीं होती। बहरहाल एसएसपी इस मामले में क्या स्टडी और कितनी जल्दी निष्पक्षता से जांच करते हैं, इसका इंतजार सबको है। उधर जिला कांग्रेस प्रधान संजीव बैंस ने मामले को हाईकमान के ध्यान में लाने की बात कही। हालांकि बाहर होने की बात कर वे भी त्वरित टिप्पणी करने से बचते दिखे। भुआ की पूर्व विधायिका सीमा देवी ने इस मामले में निष्पक्ष जांच की मांग की है। ਬ੍ਰਦਰ ਵੈਸੇ ਤੇ ਮੈਂ 2 ਦਿਨ ਦਾ ਬਾਹਰ ਹਾਂ, ਮੈਂ ਚੰਡੀਗੜ੍ਹ ਹਾਂ, ਫਿਰ ਵੀ ਜੇ ਤੁਸੀਂ ਤੁਹਾਡੇ ਮਾਧਿਅਮ ਤੋਂ ਮੈਨੂੰ ਇਹ ਗੱਲ ਦਾ ਪਤਾ ਲੱਗਾ, ਜਿਹੜੀ ਮੀਡੀਆ ਹੁੰਦੀ ਹੈ, ਮੀਡੀਆ ਤਾਂ ਬਹੁਤ ਇੱਜ਼ਤਦਾਰ ਇੱਕ ਪ੍ਰੋਫੈਸ਼ਨ ਹੈ, ਚੌਥਾ ਸਤੰਭ ਮੰਨਿਆ ਜਾਂਦਾ, ਹਰ ਬੰਦੇ ਨੂੰ ਮੀਡੀਆ ਦੀ ਇੱਜ਼ਤ ਮਾਣ ਕਰਨੀ ਚਾਹੀਦੀ ਆ। ਜੇ ਤੁਹਾਨੂੰ ਲੱਗਦਾ ਇਸ ਤਰ੍ਹਾਂ ਦੀ ਗੱਲ ਹੈਗੀ, ਮੇਰੇ ਧਿਆਨ ਵਿੱਚ ਅਜੇ ਕੁਛ ਨਹੀਂ ਆਇਆ, ਮੈਂ ਆ ਜਾਣਾ ਅੱਜ ਜਾਂ ਅੱਜ ਸ਼ਾਮ ਤੱਕ ਜਾਂ ਕੱਲ੍ਹ ਤੱਕ ਮੈਂ ਪਹੁੰਚ ਜਾਣਾ, ਜੋ ਵੀ ਦੀ ਕੋਈ ਜਾਂਚ ਪੜਤਾਲ ਹੋਏਗੀ ਜ਼ਰੂਰ ਆਪਣੇ ਧਿਆਨ ਵਿੱਚ ਲਿਆਵਾਂਗਾ ਅਤੇ ਮੈਂ ਇਸ ਨਾਲ ਹਾਈਕਮਾਨ ਨਾਲ ਜ਼ਰੂਰ ਗੱਲ ਕਰਾਂਗਾ। ਅੱਜ ਇੱਥੇ ਜਿਹੜਾ ਇਸ਼ੂ ਬਹੁਤ ਗੰਭੀਰ ਹੈ, ਲੱਕੀ ਸਰੋਜ ਜਿਹੜਾ ਟੂਡੇ ਹੈਡਲਾਈਨ ਦਾ ਪਠਾਨਕੋਟ ਦਾ ਪੱਤਰਕਾਰ ਹੈ, ਜਿਹਨੇ ਕੱਲ੍ਹ ਪੈਟਰੋਲ ਪੰਪ ਦੇ ਉੱਤੇ ਜਿਹੜਾ ਪਾਣੀ ਮਿਕਸ ਕਰਕੇ ਗੱਡੀਆਂ 'ਚ ਪਾ ਰਹੇ ਸਨ, ਔਰ ਜਿਹੜਾ ਆਪਣੇ ਆਪ 'ਚ ਇੱਕ ਬੜਾ ਵੱਡਾ ਜੁਰਮ ਹੈ, ਔਰ ਪੱਤਰਕਾਰਾਂ ਦੀ ਇੱਕ ਮੋਰਲ ਡਿਊਟੀ ਵੀ ਆ ਇੱਕ ਉਹਨਾਂ ਦੀ, ਵੀ ਉਹ ਇਸ ਕਿਸਮ ਦੀਆਂ ਜਿਹੜੀਆਂ ਮਤਲਬ ਮਿਲਾਵਟਖੋਰੀ ਗੱਲਾਂ ਨੇ ਕਰਪਸ਼ਨ ਦੇ ਖਿਲਾਫ ਜਦੋਂ ਕੋਈ ਲੜਦੇ ਆ ਤਾਂ ਉਹਨਾਂ ਦਾ ਇੱਕ ਦਾਇਤਵ ਬਣਦਾ, ਔਰ ਉਸ ਲੜਕੇ ਨੇ ਬੜੇ ਹੌਸਲੇ ਦੇ ਨਾਲ ਕੱਲ੍ਹ ਉੱਥੇ ਕਵਰ ਕਰਨ ਲਈ ਗਿਆ, ਔਰ ਅਫਸੋਸ ਇਸ ਗੱਲ ਦਾ ਵੀ ਜਿਹੜੇ ਉਹ ਪੰਪ ਵਾਲੇ ਵੀ ਆ ਜਾਂ ਜਿਹੜੇ ਵੀ ਉੱਥੇ ਪ੍ਰਬੰਧਕ ਸਨ ਜਿਨ੍ਹਾਂ ਨੇ ਬਹੁਤ ਅਗਰੈਸਿਵ ਢੰਗ ਦੇ ਨਾਲ ਉਹਨੂੰ ਮਤਲਬ ਪੇਸ਼ ਆਇਆ, ਔਰ ਵੱਧ ਕਿਸਮ ਦੀ ਇਹ ਆ ਵੀ ਜਿਹੜਾ ਸਾਡੇ ਇਲਾਕੇ ਦਾ ਵਿਧਾਇਕ ਆ ਜਿਹੜਾ ਲੋਕਾਂ ਦਾ ਮਤਲਬ ਰੀਪ੍ਰਜੈਂਟ ਹੈਗਾ, ਜਿਹਦੀ ਵੈਸੇ ਡਿਊਟੀ ਬਣਦੀ ਆ, ਜਿਹੜਾ ਇਸ ਗੱਲ ਦੇ ਦਾਅਵੇ ਵੀ ਖੜ੍ਹੇ ਕਰਦਾ ਵੀ ਅਸੀਂ ਕਰਪਸ਼ਨ ਦੇ ਖਿਲਾਫ ਲੜਦੇ ਹਾਂ, ਪਰ ਕੱਲ੍ਹ ਜਦੋਂ ਪ੍ਰੈਸ ਵਾਲੇ ਲੜ ਰਹੇ ਆ, ਪ੍ਰੈਸ ਵਾਲੇ ਮਾਮਲਾ ਉਠਾ ਰਹੇ ਆ, ਤਾਂ ਉਹਨੇ ਬਿਲਕੁਲ ਵਿਪਰੀਤ ਦਿਸ਼ਾ 'ਚ ਸਟੈਂਡ ਲੈਂਦੇ ਆ, ਉਹਨਾਂ ਦਾ ਪੱਖ ਪੂਰਿਆ। ਅਫਸੋਸ ਇਸ ਗੱਲ ਦਾ ਵੀ ਜਿੱਦਾਂ ਕੱਲ੍ਹ ਇਹਦੇ ਉੱਤੇ ਹਮਲਾ ਕੀਤਾ ਜਾਂ ਜਿਵੇਂ ਦੀਆਂ ਰਿਪੋਰਟਾਂ ਵੀ ਇਹਦਾ ਮੋਬਾਈਲ ਵੀ ਖੋਇਆ ਅੱਜ ਤੱਕ ਵੀ ਉਹਨਾਂ ਦੇ ਕੋਲ ਆ, ਇਹ ਗੱਲਾਂ ਬਰਦਾਸ਼ਤ ਕਰਨ ਦੇ ਯੋਗ ਨੇ। ਔਰ ਮੈਂ ਮਹਿਸੂਸ ਇਹ ਕਰਦਾ ਵੀ ਜਿੱਥੇ ਕਿਤੇ ਵੀ ਇੱਦਾਂ ਦਾ ਮੱਧ ਪ੍ਰਦੇਸ਼ ਦੇ ਅੰਦਰ ਇੱਕ ਵਿਧਾਇਕ ਨੇ ਬੇਸਵੇਲ ਦੇ ਨਾਲ ਇੱਕ ਮੁਲਾਜ਼ਮ ਨੂੰ ਕੁੱਟਿਆ, ਕੱਲ੍ਹ ਮਹਾਰਾਸ਼ਟਰ ਦੇ ਅੰਦਰ ਇੱਕ ਵਿਧਾਇਕ ਨੇ ਇੱਕ ਇੰਜੀਨੀਅਰ ਦੇ ਉੱਤੇ ਜਿਹੜਾ ਆ ਉਹ ਮਤਲਬ ਜਿਹੜਾ ਚਿੱਕੜ ਦਾ ਬਾਲਟੀ ਸੁੱਟੀ ਆ। ਤੋ ਇਸ ਕਿਸਮ ਦੀਆਂ ਘਟਨਾਵਾਂ ਅੱਜ ਵੀ ਜਿਹੜੀ ਭੋਏ ਦੇ ਵਿਧਾਇਕ ਵੱਲੋਂ ਕੀਤੀ ਗਈ ਆ, ਅਸੀਂ ਇਹਦੀ ਨਿੰਦਿਆ ਕਰਦੇ ਹਾਂ, ਔਰ ਡੱਟ ਕੇ ਜਿਹੜਾ ਆ ਉਹ ਲੱਕੀ ਸਰੋਜ ਦੇ ਨਾਲ ਪੱਤਰਕਾਰ ਭਾਈਚਾਰੇ ਨਾਲ ਅਸੀਂ ਖੜ੍ਹੇ ਹਾਂ, ਸਾਡੀ ਜਿੱਥੇ ਵੀ ਲੋੜ ਮਹਿਸੂਸ ਕਰਦੇ ਆ, ਕਿਉਂਕਿ ਇਹ ਮਾਮਲਾ ਪੱਤਰਕਾਰਾਂ ਦੀ ਆਜ਼ਾਦੀ ਦਾ ਵੀ ਹੈ ਅਤੇ ਲੋਕਾਂ ਦੀ ਡੈਮੋਕ੍ਰੇਸੀ ਦਾ ਵੀ ਹੈ, ਔਰ ਮੈਂ ਇਹਦੀ ਨਿੰਦਿਆ ਕਰਦਾ, ਆਸ ਕਰਦਾ ਵੀ ਪ੍ਰਸ਼ਾਸਨ ਜਿਹੜਾ ਆ ਉਹ ਇਹਦੀ ਨਿਸ਼ਪੱਖ ਜਾਂਚ ਕਰਕੇ ਜਿਹੜਾ ਵੀ ਦੋਸ਼ੀ ਪਾਇਆ ਜਾਵੇ ਉਹਦੇ ਖਿਲਾਫ਼ ਕਾਰਵਾਈ ਕਰੇ। ਬੀਤੇ ਕੱਲ੍ਹ ਇੱਥੇ ਸੁਜਾਨਪੁਰ ਵਿਖੇ ਕਵਰੇਜ ਕਰਨ ਵੇਲੇ ਪੱਤਰਕਾਰ ਲੱਕੀ ਸਰੋਜ ਦੇ ਨਾਲ ਭੂਆ ਦੇ ਵਿਧਾਇਕ ਜਿਹੜਾ ਜੋਗਿੰਦਰ ਪਾਲ ਨੂੰ ਗੁੰਡਾਗਰਦੀ ਕੀਤੀ ਗਈ ਔਰ ਉਹਦਾ ਮੋਬਾਈਲ ਸਨੈਚ ਕੀਤਾ ਗਿਆ, ਉਹਨੂੰ ਵਾਲਾਂ ਤੋਂ ਫੜ ਕੇ ਘਰੀਚਿਆ ਗਿਆ, ਉਹਦੀ ਬੇਇੱਜ਼ਤੀ ਕੀਤੀ ਗਈ ਸ਼ਰੇਆਮ ਚੌਂਕ ਦੇ ਵਿੱਚ। ਇਸ ਗੱਲ ਦਾ ਸਾਰੇ ਪੱਤਰਕਾਰ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਇਸ ਰੋਸ ਨੂੰ ਲੈ ਕੇ, ਕਿਉਂਕਿ 24 ਘੰਟੇ ਦਾ ਵੱਧ ਦਾ ਸਮਾਂ ਬੀਤ ਚੁੱਕਾ ਸੀ। ਇਸ ਕਰਕੇ ਅੱਜ ਸਾਰੇ ਪੱਤਰਕਾਰ SSP ਸਾਹਿਬ ਨੂੰ ਮਿਲੇ ਆ ਔਰ ਉਹਨਾਂ ਤੋਂ ਇਹ ਮੰਗ ਕੀਤੀ ਆ ਵੀ ਮਤਲਬ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਕਿਸੇ ਵੀ ਬੰਦੇ ਨੂੰ, ਕੋਈ ਵੀ ਇਨਸਾਨ ਹੈ ਉਹਨੂੰ ਜੀਣ ਦਾ ਹੱਕ ਹੈ, ਕਾਨੂੰਨ ਨੂੰ ਕਿਸੇ ਨੂੰ ਵੀ ਆਪਣੇ ਹੱਥ 'ਚ ਆਪਣੇ ਹੱਥ ਵਿੱਚ ਲੈਣ ਦਾ ਕੋਈ ਹੱਕ ਨਹੀਂ ਹੈ। ਇਸ ਕਰਕੇ ਸਮੂਹ ਪੱਤਰਕਾਰ ਭਾਈਚਾਰਾ ਨੇ SSP ਸਾਹਿਬ ਨੂੰ ਇਹ ਦੱਸ ਦਿੱਤਾ ਵੀ ਅਗਰ ਉਹਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਤਾਂ ਜਿਹੜਾ ਇਹ ਐਕਸ਼ਨ ਹੈ
ਇਹ ਇਕੱਲੇ ਜ਼ਿਲ੍ਹੇ ਦੇ ਵਿੱਚ ਨਹੀਂ ਰਹੇਗਾ, ਇਹ ਪੂਰੇ ਪੰਜਾਬ ਦੇ ਵਿੱਚ ਫੈਲ ਜਾਏਗਾ ਅਤੇ ਫਿਰ ਅਸੀਂ ਸਾਰੇ ਪੰਜਾਬ ਪੱਧਰ ਦੇ ਉੱਤੇ ਆਪਣੀਆਂ ਜਿਹੜੀਆਂ ਜਥੇਬੰਦੀਆਂ ਸਾਡੀਆਂ ਚੰਡੀਗੜ੍ਹ ਹੈੱਡਕੁਆਟਰ ਦੇ ਉੱਤੇ ਉੱਥੇ ਵੀ ਸਾਡਾ ਗੱਲਬਾਤ ਕਰ ਰਹੀ ਹੈ, ਹੋ ਗਈ ਹੈ ਸਾਡੀ, ਅਤੇ ਉਹਨਾਂ ਦੇ ਨਾਲ ਸਾਰਾ ਅਸੀਂ ਇਹ ਪੰਜਾਬ ਪੱਧਰ ਦੇ ਉੱਤੇ ਕਾਰਵਾਈ ਕਰਾਂਗੇ। ਔਰ ਜਦੋਂ ਤੱਕ ਇਹੋ ਜਿਹੇ ਗੁੰਡਾਗਰਦੀ ਜਿਹੜੇ ਇਹ ਕਦੀ ਵੀ ਪੱਤਰਕਾਰ ਭਾਈਚਾਰਾ ਬਰਦਾਸ਼ਤ ਨਹੀਂ ਕਰੇਗਾ, ਇਹੋ ਜਿਹੇ ਕੋਈ ਵੀ ਹੋਵੇ ਕਾਨੂੰਨ ਦੇ ਉੱਤੋਂ, ਕਾਨੂੰਨ ਦਾ ਰਾਜ ਕਾਨੂੰਨ ਦਾ ਹੀ ਰਹੇਗਾ, ਇੱਥੇ ਕਾਨੂੰਨ ਦੇ ਉੱਪਰੋਂ ਕੋਈ ਵੀ ਨਹੀਂ ਹੋਏਗਾ। ਇਲੈਕਟਡ ਜੇਕਰ ਉਹਨੂੰ ਚੁਣਿਆ ਗਿਆ ਤਾਂ ਅਸੀਂ ਲੋਕਾਂ ਨੇ ਚੁਣਿਆ, ਇਹ ਨਹੀਂ ਵੀ ਸਾਡੇ ਉੱਤੇ ਹੀ ਉਹ ਡੰਡਾ ਚਲਾਵੇ। ਸਾਨੂੰ ਸਾਰਿਆਂ ਨੂੰ ਪਤਾ ਅੱਜ ਪੰਜਾਬ ਦੇ ਵਿੱਚ ਮਾਈਨਿੰਗ ਹੋ ਰਹੀ ਆ, ਔਰ ਮਾਈਨਿੰਗ ਦਾ ਗੜ੍ਹ ਜਿਹੜਾ ਪਠਾਨਕੋਟ ਜ਼ਿਲ੍ਹਾ ਬਣ ਚੁੱਕਾ, ਉਹ ਇਸ ਜ਼ਿਲ੍ਹੇ ਦੇ ਵਿੱਚੋਂ ਉਹ ਆਪਣਾ ਇੱਕ ਦਬਦਬਾ ਕਾਇਮ ਕਰਨਾ ਚਾਹੁੰਦਾ। ਲੱਖਾਂ ਰੁਪਏ ਦੀ ਆਮਦਨ ਹੋ ਰਹੀ ਆ ਅੱਜ ਦਿਹਾੜੀ ਦੇ ਵਿੱਚ, ਡੇਲੀ ਗੱਡੀਆਂ ਪਾਸ ਆਉਣ ਹੋ ਰਹੀਆਂ। ਉਹ ਇਹ ਚਾਹੁੰਦਾ ਵੀ ਪੱਤਰਕਾਰ ਜਿਹੜੇ ਆ ਇਹ ਕਵਰੇਜ ਨਾ ਕਰਨ, ਸਾਡੇ ਜਿਹੜੇ ਬਲੈਕ ਕਾਲੇ ਕਾਰਨਾਮੇ ਅਸੀਂ ਕਰ ਰਹੇ ਹਾਂ ਇਹ ਸਾਡੇ ਹਾਈਲਾਈਟ ਨਾ ਕਰਨ, ਇਸ ਕਰਕੇ ਉਹ ਧਮਕੀਆਂ ਦੇ ਰਹੇ ਨੇ, ਡਰਾ ਰਹੇ ਨੇ। ਪਰ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਪੱਤਰਕਾਰ ਇਹ ਇਮਾਨਦਾਰ ਪੱਤਰਕਾਰ ਨੇ, ਅਸੀਂ ਇਹੋ ਜਿਹੇ ਦੇ ਆਵਾਜ਼ ਦੇ ਖਿਲਾਫ ਹਮੇਸ਼ਾ ਡਟ ਕੇ ਲੜਾਂਗੇ, ਔਰ ਇਹਦਾ ਮੂੰਹ ਭੰਨ ਕੇ ਜਦੋਂ ਤੱਕਰ ਇਹ ਆਪਦੇ ਇਹੋ ਜਿਹੇ ਕਾਲੇ ਕਾਰਨਾਮਿਆਂ ਤੋਂ ਬਾਜ਼ ਨਹੀਂ ਆਉਂਦੇ ਉਦੋਂ ਤੱਕਰ ਅਸੀਂ ਪਿੱਛੇ ਨਹੀਂ ਹਟਾਂਗੇ। ਜੈ ਜਨਤਾ, ਜੈ ਸੰਘਰਸ਼। ਇੱਕ ਨਿੱਜੀ ਚੈਨਲ ਦੇ ਪੱਤਰਕਾਰ ਦੇ ਉੱਪਰ ਭੋਆ ਹਲਕੇ ਦੇ ਵਿਧਾਇਕ, ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਵੱਲੋਂ ਹਮਲਾ ਕੀਤਾ ਗਿਆ, ਉਹਦੇ ਸਾਥੀਆਂ ਵੱਲੋਂ ਵੀ ਇਹਦੇ 'ਤੇ ਹਮਲਾ ਕੀਤਾ ਗਿਆ, ਮਾਰਕੁੱਟ ਕੀਤੀ ਗਈ, ਜਿਹਦੀ ਸਮੂਹ ਪੱਤਰਕਾਰ ਭਾਈਚਾਰੇ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਅਤੇ ਅੱਜ ਉਸ ਸੰਬੰਧ 'ਚ ਆਪਾਂ ਨੇ SSP ਸਾਹਿਬ ਨੂੰ ਮਿਲੇ ਹਾਂ ਅਤੇ ਉਹਨਾਂ ਨੇ ਸ਼ਾਮ ਤੱਕ ਟਾਈਮ ਦਿੱਤਾ ਹੈਗਾ ਕਿ ਆਪਾਂ ਕਾਰਵਾਈ ਕਰਾਂਗੇ। ਜੇ ਅੱਜ ਸ਼ਾਮ ਤੱਕ ਉਹਨਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਸਮੂਹ ਪੱਤਰਕਾਰ ਭਾਈਚਾਰਿਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਵੀ ਉਗਰ ਪ੍ਰਦਰਸ਼ਨ ਵਗੈਰਾ ਕੀਤੇ ਜਾਣਗੇ ਅਤੇ ਪੰਜਾਬ ਦੀਆਂ ਸਾਰੀਆਂ ਯੂਨੀਅਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇਹਦਾ ਰੋਸ਼ ਨਜ਼ਾਰੇ ਕੀਤੇ ਜਾਣਗੇ ਅਤੇ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਹੋਏਗੀ। ਮਲਕਪੁਰ ਪੰਪ 'ਤੇ ਜੋ ਵਿਧਾਇਕ ਜੋਗਿੰਦਰਪਾਲ ਜੀ ਨੇ ਸਾਡੇ ਭਰਾ ਪੱਤਰਕਾਰ ਲੱਕੀ 'ਤੇ ਜੋ ਉਹਨਾਂ ਨੇ ਗਾਲੀ ਗਲੋਚ ਕੀਤੀ ਔਰ ਉਹਨਾਂ ਦਾ ਮੋਬਾਈਲ ਵੀ ਜਿਹੜਾ ਛੀਨਿਆ ਔਰ ਇਸ ਵੇਲੇ ਤੱਕ ਮੋਬਾਈਲ ਵੀ ਨਹੀਂ ਦਿੱਤਾ, ਤਾਂ ਕੱਲ੍ਹ ਦਾ ਜਿਹੜਾ ਮਾਮਲਾ ਸੀ ਸਾਰਾ ਹੀ, ਔਰ ਉਹਨਾਂ ਦੇ ਜਿਹੜੇ ਵਰਕਰ ਉਹ ਪੂਰੀ ਤਰ੍ਹਾਂ ਕੱਲ੍ਹ ਗੁੰਡਾਗਰਦੀ 'ਤੇ ਉਤਰ ਆਏ ਸੀ ਸਾਡੇ ਪੱਤਰਕਾਰ ਵੀਰ ਨਾਲ, ਤਾਂ ਮੈਂ ਅੱਜ ਸਾਡਾ ਜਿਹੜੇ ਭਰਾ ਹੈ ਪੱਤਰਕਾਰ ਵੀਰ ਲੱਕੀ ਜੀ SSP ਸਾਹਿਬ ਨੂੰ ਮਿਲਣ ਆਏ ਸੀ ਔਰ ਮੈਂ ਵੀ ਉਹਨਾਂ ਦੇ ਨਾਲ ਮਿਲੀ ਹਾਂ। SSP ਸਾਹਿਬ ਨੇ ਪੂਰਾ ਆਸ਼ਵਾਸਨ ਸਾਨੂੰ ਦਿੱਤਾ ਹੈ ਕਿ ਪਹਿਲੇ ਉਹਨਾਂ ਦੇ ਮਾਮਲਾ ਜਿਹੜਾ ਉਹਨਾਂ ਦੇ ਧਿਆਨ 'ਚ ਨਹੀਂ ਸੀ ਔਰ ਉਹਨਾਂ ਨੂੰ ਜਾਣਕਾਰੀ ਹੁਣ ਜਿਹੜੀ ਦਿੱਤੀ ਗਈ ਹੈ, ਉਹਨਾਂ ਨੇ ਪੂਰਾ ਸਾਨੂੰ ਵਿਸ਼ਵਾਸ ਦਿਲਾਇਆ ਕਿ ਇਹਦੇ 'ਤੇ ਜ਼ਰੂਰ ਕੋਈ ਨਾ ਕੋਈ ਕਾਰਵਾਈ ਜਿਹੜੀ ਹੋਏਗੀ। ਸ਼ਾਮ ਤੱਕ ਟਾਈਮ ਦਿੱਤਾ ਹੈ, ਸੋ ਅਸੀਂ ਵੀ ਸਾਨੂੰ ਵੀ ਇਹ ਚਾਹੀਦਾ ਕਿ ਜੇ SSP ਸਾਹਿਬ ਨੇ ਸਾਨੂੰ ਇਹ ਗੱਲ ਕਹੀ ਹੈ ਤਾਂ ਸਾਨੂੰ ਥੋੜ੍ਹਾ ਜਿਹਾ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ, ਵੇਟ ਕਰਨਾ ਚਾਹੀਦੀ ਹੈ। ਸੋ ਮੈਨੂੰ ਪੂਰਾ ਯਕੀਨ ਹੈ ਕਿ ਉਹ ਜਿਹੜਾ SSP ਸਾਹਿਬ ਜਿਹੜਾ ਪੂਰਾ ਨਿਸ਼ਪਕਸ਼ ਹੋ ਕੇ ਇਸ ਮਾਮਲੇ ਦਾ ਜਿਹੜੀ ਜੋ ਜਾਣਕਾਰੀ ਉਹਨਾਂ ਮਿਲੀ ਹੈ ਉਹ ਇਨਸਾਫ ਕਰਨਗੇ ਸਾਡੇ ਪੱਤਰਕਾਰ ਭਰਾ ਨੂੰ। ਜੇਕਰ ਦੇਖੋ ਆਪਾਂ ਕਹਿਣਾ ਚਾਹੁੰਦੇ ਹਾਂ ਕਿ ਜੇ ਸਾਡਾ ਮੀਡੀਆ ਜਾਂ ਸਾਡੇ ਪੱਤਰਕਾਰ ਵੀਰ ਜੇ ਸੇਫ ਨਹੀਂ ਹੈ, ਕਿਉਂਕਿ ਚੌਥਾ ਸਤੰਭ ਇਹਨਾਂ ਨੂੰ ਮੰਨਿਆ ਜਾਂਦਾ ਹਿੰਦੁਸਤਾਨ 'ਚ ਪੂਰੇ ਵਿਸ਼ਵ 'ਚ, ਜੇ ਉਹ ਹੀ ਸੇਫ ਨਹੀਂ ਹੈ ਇਸ ਇਲਾਕੇ 'ਚ ਇਸ ਜ਼ਿਲ੍ਹੇ 'ਚ, ਤਾਂ ਸ਼ਾਇਦ ਬਾਕੀ ਲੋਕ ਜਿਹੜੇ ਆ ਵਿਚਾਰੇ ਕੱਲ੍ਹ ਤੋਂ ਜੋ ਕੱਲ੍ਹ ਦਾ ਜੋ ਵਾਕਿਆ ਹੋਇਆ ਉਹ ਦੇਖ ਕੇ ਜ਼ਿਆਦਾ ਘਬਰਾ ਗਏ ਹੋਣਗੇ। ਲੇਕਿਨ ਮੈਂ ਵਿਸ਼ਵਾਸ ਦਿਲਾਉਂਦੀ ਹਾਂ ਕਿ ਜਦੋਂ ਵੀ ਸਾਡੇ ਇਸ ਇਲਾਕੇ 'ਚ ਇਸ ਤਰ੍ਹਾਂ ਦੀ ਕੋਈ ਵੀ ਬਦਤਮੀਜ਼ੀ ਕਰੇਗਾ ਅਸੀਂ ਪੂਰੀ ਤਰ੍ਹਾਂ ਆਪਣੇ ਭੈਣ ਭਰਾਵਾਂ ਦੇ ਨਾਲ ਇਸ ਇਲਾਕੇ ਵਿੱਚ ਖੜ੍ਹੇ ਹਾਂ, ਸੋ ਉਹਨਾਂ ਨੂੰ ਇਨਸਾਫ ਦਿਵਾਉਣਾ ਸਾਡਾ ਫਰਜ਼ ਬਣ